ਜਿਹੜੀ ਚੀਜ਼ ਤੇ ਆਪਾਂ ਖੜੇ ਆ ਉਸ ਚੀਜ਼ ਤੇ ਹੀ ਖੜੇ ਆ। ਜੇ ਨਵਜੋਤ ਸਿੱਧੂ ਕਿਤੇ ਮਾੜਾ ਮੋਟਾ ਉਹਰਾ ਪਰਾਂ ਹੋਣ ਦੀ ਕੋਸ਼ਿਸ਼ ਕਰੂਗਾ ਮੈਂ ਹੁੱਜਾ ਵੀ ਮਾਰ ਮਾਰ ਲੈਣਾ। ਇਸ਼ੂ ਤੇ ਗੱਲ ਹੁੰਦੀ ਆ ਤੇ ਇਸ਼ੂਜ਼ ਨੂੰ ਸੋਲਵ ਕਰਨ ਵੱਲ ਤੁਰਦੇ ਹੈਗੇ ਤਾਂ ਮੈਨੂੰ ਲੱਗਦਾ ਇਹ ਪੰਜਾਬ ਦੀ ਬਿਹਤਰੀ ਲਈ ਚੰਗੀ ਗੱਲ ਹੈ। ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਜੋ ਉਮੀਦ ਲੋਕ ਕਰ ਰਹੇ ਸਨ ਕਿ ਜਿਹੜੀ ਸਪੀਡ ਤੇ ਪ੍ਰਧਾਨ ਬਣਨ ਤੋਂ ਪਹਿਲਾਂ ਚੱਲੇ ਸਨ ਕੀ ਉਹ ਸਪੀਡ ਬਰਕਰਾਰ ਰਹੇਗੀ, ਕੀ ਉਹ ਮੁੱਦੇ ਬਰਕਰਾਰ ਰਹਿਣਗੇ? ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਜੀ ਮੌਜੂਦ ਨੇ। ਦੇਖੋ ਫਸਟ ਹੈਂਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਵਰਕਰਾਂ ਕੋਲੋਂ ਵੀ ਐਕਚੁਅਲ ਥੱਲੇ ਕੀ ਫੀਲਿੰਗ ਆ ਅਤੇ ਉਹ ਸਾਰੀ ਕੰਪਾਈਲ ਕਰਕੇ ਸਰਕਾਰ ਨਾਲ ਟੇਕਅਪ ਕਰਕੇ ਤਾਂ ਕਿ ਜਿਹੜੇ ਕੰਮ ਹੈਗੇ ਆ ਉਹਦੇ ਵਿੱਚ ਸਪੀਡ ਲਿਆਂਦੀ ਜਾ ਸਕੇ। ਜਿਹੜੀ ਸਪੀਡ ਫੜੀ ਹੋਈ ਹੈ ਸਿੱਧੂ ਸਾਹਿਬ ਨੇ, ਲੋਕ ਇਹ ਕਹਿ ਰਹੇ ਨੇ ਬਰਕਰਾਰ ਰਹੂਗੀ, ਪਹਿਲਾਂ ਤਾਂ ਲੋਕਾਂ ਦਾ ਸਵਾਲ ਸੀਗਾ ਕਿ ਮੁੱਦਿਆਂ ਦੇ ਬਰਕਰਾਰ ਰਹਿਣਗੇ ਕਿਉਂਕਿ ਜਿੱਦਾਂ ਬੀਤੇ ਗਏ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਨੇ, ਮੁੱਦਿਆਂ ਦੇ ਵਿਚਾਰ ਵਟਾਂਦਰਾ ਕੀਤਾ ਹੈ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸੀਗੇ ਬਿਜਲੀ ਸਮਝੌਤੇ ਉਹ ਰੱਦ ਕਰਨ ਦੇ ਲਈ ਕਹਿ ਦਿੱਤਾ ਹੈ PSPCL ਨੂੰ, ਇਹ ਲਗਾਤਾਰ ਚੱਲਦਾ ਰਹੇਗਾ 5 ਮਹੀਨੇ ਕਿ ਰੁਕ ਜਾਏਗਾ? ਯਾਰ ਦੇਖੋ ਜਿਹੜੇ ਜਿਹੜੇ ਇਸ਼ੂਜ਼ ਹੈਗੇ ਆ ਜੇ ਸੋਲਵ ਹੋ ਰਿਹਾ ਤੁਸੀਂ ਦੱਸੋ ਤੁਹਾਨੂੰ ਚੰਗੀ ਗੱਲ ਲੱਗਦੀ ਕਿ ਨਹੀਂ ਲੱਗਦੀ? ਬਿਲਕੁਲ, ਲੋਕ ਵੀ ਇਹ ਸੋਚ ਰਹੇ ਕਿ ਬਰਕਰਾਰ ਰਹਿਣੇ ਚਾਹੀਦੇ ਨੇ। ਨਹੀਂ ਬਰਕਰਾਰ ਦੇਖੋ ਜਿਹੜੇ ਇਸ਼ੂ ਸੋਲਵ ਕਰਨ ਵਾਲੇ ਆ ਉਹਨੂੰ ਕਰਵਾਉਣ ਦੀ ਜ਼ਰੂਰਤ ਹੈਗੀ ਆ ਅਤੇ ਜਿਹੜੀ ਚੀਜ਼ 'ਤੇ ਆਪਾਂ ਖੜੇ ਹਾਂ ਉਸ ਚੀਜ਼ 'ਤੇ ਹੀ ਖੜੇ ਹਾਂ। ਨਵਜੋਤ ਸਿੱਧੂ ਵੀ ਖੜਾ ਰਹੂਗਾ, ਮੈਂ ਵੀ, ਕਿਉਂਕਿ ਜੇ ਨਵਜੋਤ ਸਿੱਧੂ ਕਿਤੇ ਮਾੜਾ ਮੋਟਾ ਉਹਰਾ ਪਰਾਂ ਹੋਣ ਦੀ ਕੋਸ਼ਿਸ਼ ਕਰੂਗਾ ਮੈਂ ਹੁੱਜਾਂ ਵੀ ਮਾਰ ਮੂਰ ਲੈਣਾ। ਸੋ ਬੇਸਿਕਲੀ ਗੱਲ ਤਾਂ ਇਹ ਆ ਵੀ ਗੱਲ ਤਾਂ ਕੰਮ ਕਰਨ ਦੀ ਹੈ। ਜਿਹੜੀ ਖਿਡਾਰੀਆਂ ਦੀ ਸਪੀਡ ਹੁੰਦੀ ਹੈ ਉਸ ਸਪੀਡ ਦੇ ਵਿੱਚ ਉਹ ਸਪੀਡ ਲੈ ਕੇ ਸਿਆਸਤ 'ਚ ਠੀਕ ਚੱਲ ਰਹੇ ਨੇ ਸਮਝਦੇ? ਠੀਕ ਚੱਲ ਰਿਹਾ ਹੈਗਾ। ਦੇਖੋ ਲੋਕਾਂ 'ਤੇ ਉਤਸ਼ਾਹ ਹੈਗਾ, ਓਪੋਜੀਸ਼ਨ ਕੋਲ ਇਸ਼ੂ ਕੋਈ ਹੈ ਨਹੀਂ ਗਾ। ਅੱਛਾ ਜੇ CM ਅਤੇ ਪ੍ਰਧਾਨ ਜਦੋਂ ਬਹਿ ਕੇ ਮੀਟਿੰਗ ਕਰਦੇ ਆ ਤਾਂ ਉਹਦੇ ਵਿੱਚ ਇਸ਼ੂ 'ਤੇ ਗੱਲ ਹੁੰਦੀ ਆ ਅਤੇ ਇਸ਼ੂਜ਼ ਨੂੰ ਸੋਲਵ ਕਰਨ ਵੱਲ ਤੁਰਦੇ ਹੈਗੇ ਤਾਂ ਮੈਨੂੰ ਲੱਗਦਾ ਇਹ ਪੰਜਾਬ ਦੀ ਬਿਹਤਰੀ ਲਈ ਚੰਗੀ ਗੱਲ ਹੈਗੀ। ਮਨ ਮਿਟਾਵ ਦੀ ਜਿਹੜੀ ਗੱਲ ਕਰਦੇ ਸੀ ਸਿੱਧੂ ਅਤੇ ਵਰਸਿਸ ਕੈਪਟਨ ਅਮਰਿੰਦਰ ਸਿੰਘ, ਲੱਗਦਾ ਕਿ ਦੂਰ ਹੋ ਗਏ ਨੇ ਹੁਣ? ਨਹੀਂ, ਮਨ ਮਿਟਾਵ ਜੇ ਮੀਟਿੰਗ ਹੀ ਹੋ ਗਈ ਬਹਿ ਕੇ ਸਾਰਾ ਕੁਝ ਹੋ ਗਿਆ ਤਾਂ ਫਿਰ ਉਹ ਤਾਂ ਕੋਈ ਗੱਲ ਰਹੀ ਨਹੀਂ ਹੈਗੀ। 2022 ਦੀ ਗੱਲ ਕਰੀਏ ਤਾਂ ਆ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਲੋਕ ਇਹ ਸੋਚ ਰਹੇ ਨੇ ਕਿ 2022 ਦੇ ਲਈ ਨਵਜੋਤ ਸਿੰਘ ਸਿੱਧੂ ਜਿੱਦਾਂ ਪਹਿਲਾਂ ਮੁੱਦੇ ਉਠਾਉਂਦੇ ਰਹੇ ਨੇ, ਜੇ ਉੱਦਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ 4-5 ਨੁਕਤੇ ਤਾਂ ਦੱਸ ਦਿੱਤੇ ਭਾਈ ਇੱਥੇ ਕੰਮ ਕਰੋ, ਜੇਕਰ ਇਹਨਾਂ ਮੁੱਦਿਆਂ 'ਤੇ ਕੰਮ ਬਰਕਰਾਰ ਰਹਿੰਦਾ ਤਾਂ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਅੱਗੇ ਲੱਗ ਕੇ ਕਾਂਗਰਸ ਦੇ ਵਿੱਚ ਆ ਸਕਦੇ ਨੇ? ਨਹੀਂ, ਚਲੋ ਇਹ ਤਾਂ ਬੇਸਿਕਲੀ ਪਾਰਟੀ ਲੈਵਲ ਦੇ ਡਿਸੀਜ਼ਨ ਆ, ਇਹਦੇ ਵਿੱਚ ਮੈਨੂੰ ਲੱਗਦਾ ਸਾਨੂੰ ਬਹੁਤ ਹੀ ਮੈਂ ਚਿਹਰਿਆਂ ਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਦਾ, ਮੈਂ ਇਸ਼ੂਜ਼ ਦੀ ਰਾਜਨੀਤੀ ਜਿਹੜੀ ਆ ਉਹ ਚਾਹੁੰਦਾ। ਦੇਖੋ ਅਲਟੀਮੇਟਲੀ ਚਿਹਰਾ ਕੋਈ ਵੀ ਹੋਵੇ, ਜਦੋਂ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ, ਜਦੋਂ ਕੰਮ ਠੀਕ ਪਾਸੇ ਨੂੰ ਤੁਰ ਜਾਣ, ਬੰਦਾ ਭਾਵੇਂ ਕੋਈ ਹੋਵੇ ਉਹਦੇ 'ਚ ਕੀ ਪ੍ਰੋਬਲਮ ਹੈ? ਵਿਰੋਧੀ ਤਾਂ ਲਗਾਤਾਰ ਤੰਜ ਕੱਸ ਰਹੇ ਨੇ ਕਿ ਲਗਾਤਾਰ ਕਾਂਗਰਸ ਪਾਰਟੀ ਜਿਹੜੀ ਹੈ ਮੁੱਦਿਆਂ ਨੂੰ ਲੁਕਾਉਣ ਦੇ ਲਈ ਹੁਣ ਸਿੱਧੂ ਸਾਹਿਬ ਨੂੰ ਅੱਗੇ ਲੈ ਕੇ ਆਈ ਹੈ, ਲੋਕਾਂ ਨੂੰ ਬੇਵਕੂਫ ਬਣਾ ਕੇ ਫਿਰ 2022 ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਨੇ। ਚਲੋ ਕਿਸੇ ਦਿਨ ਇੱਦਾਂ ਕਰੋ ਨਾ, ਇੱਦਾਂ ਕਰੋ ਨਾ ਕਿਤੇ ਤੁਸੀਂ ਡਿਸਕਸ਼ਨ ਰੱਖ ਲਓ, ਬਾਕੀ ਪਾਰਟੀਆਂ ਨੂੰ ਵੀ ਬੁਲਾ ਲਓ। ਮੈਂ ਕਿਹਨਾਂ ਦੇ ਨਾਲ ਰੱਖੀਏ? ਜਿਹਦੇ ਨਾਲ ਕਹੋ ਪ੍ਰਧਾਨ ਸਾਹਿਬ ਕਹਿ ਰਹੇ ਨੇ ਤੁਸੀਂ ਜਿਹਦੇ ਨਾਲ ਕਹੋਗੇ ਮੈਂ ਉਹਦੇ ਨਾਲ ਮੀਟਿੰਗ ਕਰ ਲਵਾਂ। ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਲਗਾਤਾਰ ਚਰਚਾ ਕਰਨ ਦੇ ਲਈ ਵੀ ਤਿਆਰ, ਤੁਸੀਂ ਨੂੰ ਬਿਠਾ ਲਿਓ ਮੇਰੇ ਨਾਲ, ਕੋਈ ਰੌਲਾ ਨਹੀਂ। ਲਓ ਜੀ, ਇਹ ਸਨ ਪ੍ਰਗਟ ਸਿੰਘ ਜੀ ਜਲੰਧਰ ਕੈਂਟ ਤੋਂ ਵਿਧਾਇਕ ਨੇ। ਲਗਾਤਾਰ ਵਿਰੋਧੀ ਤੰਜ ਕੱਸ ਰਹੇ ਨੇ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਉਹ ਵਾਅਦੇ ਕਰਨ ਤੋਂ ਬਾਅਦ ਲਗਾਤਾਰ 4.5 ਸਾਲ ਲੋਕ ਉਡੀਕਦੇ ਰਹੇ ਕਿ ਉਹ ਵਾਅਦਿਆਂ ਦੀ ਪੂਰਤੀ ਨਹੀਂ ਹੋਈ, ਇਸ ਕਰਕੇ ਹੁਣ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਇਆ ਗਿਆ। ਇਸ ਬਾਬਤ ਅਸੀਂ ਗੱਲਬਾਤ ਕੀਤੀ ਹੈ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ। ਉਹ ਪ੍ਰਗਟ ਸਿੰਘ ਨੇ ਲਗਾਤਾਰ ਸੁਖਬੀਰ ਸਿੰਘ ਬਾਦਲ ਨੂੰ ਤੰਜ ਕੱਸ ਦਿੱਤੀ ਹੈ ਕਿ ਜੇਕਰ ਕੋਈ ਇੱਦਾਂ ਦੀ ਗੱਲ ਹੈ ਤਾਂ ਉਹਨਾਂ ਦੇ ਨਾਲ ਆ ਕੇ ਵਿਚਾਰ ਚਰਚਾ ਕਰ ਸਕਦੇ ਨੇ, ਬਹਿਸ ਕਰ ਸਕਦੇ ਨੇ। ਵੀਡੀਓ ਜਰਨਲਿਸਟ ਪਵਨ ਦੇ ਨਾਲ ਅਮਨ ਚੰਦ, ਦੈਨਿਕ ਸਵੇਰਾ TV, ਜਲੰਧਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।